Well, after study, I want to become a successful electrical engineer and I want to join a multinational company like Havells and ADCL sector. यूएसए का वीज़ा लेना सब तो औखा होंदा है ते लोकी तो एवं प्रैफर करते हैं कि जे नहीं आया चलो एक बार ट्राई कर लेंगे कि शायद आ जाए लक है ते जे असी लकी रहे तो सानू मिल जूगा कि एक्चुअल दे विच इदां यूएस वीज़ा इज ऑल अबाउट कॉन्फिडेंस व्हाट इज योर प्रोफेशन यूएसए चले हो हां जी केड़ी जगह चले हो न्यूयॉर्क किवें दा एक्सपीरियंस लिया ब्लैकबोर्ड दे नाल बहुत वधिया रहे जी इन्होंने बहुत वधिया प्रिपरेशन कराई है तैयारी कराई है तीन बार कैबिनेट मिनिस्टर दे वल्लो खुद अवार्ड दिता जा चुका साड़ी सिर्फ रेफरेंसेस ते साड़े चलदे हैगे हैं क्योंकि सानू अज तक टीवी शो करन दी लोड़ नहीं पई बहुत असी एड्स नहीं करदे यूएसए चले प्रिपरेशन हो गई है सारी हां जी किद्दा रहा एसी दे विच बहुत बढ़िया था मैम एक्सपीरियंस तो बिकॉज वी आर वर्किंग ऑन इट वी आर वर्किंग हार्ड जिवें असी गाइड करते हैं स्टूडेंट जो उस तरीके नाल चलता है ही और शी इज गेटिंग वीज़ा आराम नाल वीज़ा क्रैक करता है बच्चा पहली चीज़ तो यही है जो तुम यूएस वीज़ा लान जा रहे हो पहली चीज़ तो बच्चे की थोड़ी बहुत इंग्लिश वधिया होए कि वो थोड़ी गल कर सके राइट क्योंकि एम्बेसी ऑफिसर के सामने एटलीस्ट अपने आप प्रजेंट कर सके तो अब वीज़ा लैन आए हो फिर कुड़ी का हाँ जी ਕਿੱਦਾਂ ਦਾ ਲੱਗ ਰਿਹਾ ਅੱਜ ਤੁਹਾਨੂੰ ਅੱਛਾ ਲੱਗ ਰਿਹਾ ਜੀ ਇੱਕ ਗੱਲ ਤੇ ਅਸੀਂ ਏਜੰਟ ਨਹੀਂ ਹੈਗੇ ਵੀ ਆਰ ਕੰਸਲਟੈਂਟ ਰੋਜ਼ਾਨਾ ਸਪੋਕਸਮੈਨ ਦੇਖ ਰਹੇ ਤੁਸੀਂ ਮੈਂ ਹਾਂ ਸ਼ਿਖਾ ਸੰਧੀਰ ਅੱਜ ਜਿਹੜੀ ਜਗ੍ਹਾ ਆਏ ਆ ਇੱਥੇ ਤਿੰਨ ਵਾਰ ਕੈਬਨਿਟ ਮਿਨਿਸਟਰ ਦੇ ਵੱਲੋਂ ਖੁਦ ਅਵਾਰਡ ਦਿੱਤਾ ਜਾ ਚੁੱਕਿਆ ਆਖਿਰਕਾਰ ਕਿਹੜੀ ਜਗ੍ਹਾ ਹੈ ਬਹੁਤ ਸਾਰੇ ਬੱਚੇ ਅੱਜ ਫੈਮਲੀਜ਼ ਦੇ ਨਾਲ ਆਏ ਨੇ ਖੁਸ਼ ਹੋ ਕੇ ਘਰ ਜਾ ਰਹੇ ਨੇ ਵੀਜ਼ਾ ਲੱਗਿਆ ਯੂਐਸਏ ਦਾ ਜੋ ਕਿ ਮੈਨੂੰ ਲੱਗਦਾ ਕਿ ਸ਼ਾਇਦ ਲੋਕਾਂ ਦੇ ਵਿੱਚ ਇੱਕ ਭਰਮ ਹੈ ਕਿ ਯੂਐਸਏ ਦਾ ਵੀਜ਼ਾ ਤਾਂ ਲੱਗਣਾ ਸ਼ਾਇਦ ਇੱਕ ਨੈਕਸਟ ਟੂ ਇੰਪੋਸੀਬਲ ਥਿੰਗ ਹੈ ਪਰ ਅੱਜ ਬਲੈਕਬਰਡ ਦੀ ਇਸ ਟੀਮ ਦੇ ਨਾਲ ਗੱਲਬਾਤ ਕਰਾਂਗੇ ਬ੍ਰਾਂਚ ਹੈੱਡ ਸਾਡੇ ਨਾਲ ਨੇ ਸਵਾਗਤ ਕਰਦੇ ਹਾਂ ਬਹੁਤ ਬਹੁਤ ਸਵਾਗਤ ਹੈ ਰੋਜ਼ਾਨਾ ਸਪੋਕਸਮੈਨ 'ਤੇ ਥੈਂਕ ਯੂ ਸੋ ਮੱਚ ਬਲੈਕਬਰਡ ਐਗਜੈਕਟਲੀ 2009 ਦੇ ਵਿੱਚ ਸ਼ੁਰੂ ਹੁੰਦਾ ਹੈ ਅਤੇ ਅੱਜ ਇਸ ਮੁਕਾਮ 'ਤੇ ਪਹੁੰਚ ਚੁੱਕੇ ਕਿ ਸਿਰਫ਼ ਬਲੈਕਬਰਡ ਕਹੋ ਤਾਂ ਲੋਕਾਂ ਨੂੰ ਵਿਸ਼ਵਾਸ ਹੋ ਜਾਂਦਾ ਕਿ ਇੱਥੇ ਕੰਮ ਜਿਹੜਾ ਬਿਲਕੁਲ ਟ੍ਰਾਂਸਪੇਰੈਂਸੀ ਨਾਲ ਹੁੰਦਾ ਰਾਈਟ ਦੈਟਸ ਰਾਈਟ ਸ਼ਿਖਾ ਬਲੈਕਬਰਡ ਸਰਵਿਸਿਜ਼ ਹੁਣ ਇੰਨੀ ਬ੍ਰਾਂਡ ਬਣ ਚੁੱਕੀ ਹੈ ਕਿਉਂਕਿ ਅਸੀਂ 2009 ਔਨਵਰਡਸ ਅਸੀਂ ਵਰਕਿੰਗ ਹੈਗੇ ਹਾਂ ਅਤੇ ਇਸ ਕੰਪਨੀ ਨੂੰ ਰਨ ਕਰ ਰਹੇ ਹਾਂ ਐਂਡ ਓਬਵੀਅਸਲੀ ਵੀਜ਼ਾ ਸਕਸੈਸ ਰੇਟ ਬਹੁਤ ਵਧੀਆ ਸਾਡੀ ਸਿਰਫ ਰੈਫਰੈਂਸਿਸ 'ਤੇ ਸਾਡੇ ਚੱਲਦੇ ਹੈਗੇ ਹਾਂ ਕਿਉਂਕਿ ਸਾਨੂੰ ਅੱਜ ਤੱਕ ਟੀਵੀ ਸ਼ੋਅ ਕਰਨ ਦੀ ਲੋੜ ਨਹੀਂ ਪਈ ਬਹੁਤ ਅਸੀਂ ਐਡਸ ਨਹੀਂ ਕਰਦੇ ਬਿਕੋਜ਼ ਵੀ ਆਰ ਵਰਕਿੰਗ ਔਨ ਇਟ ਵੀ ਆਰ ਵਰਕਿੰਗ ਹਾਰਡ ਜਿਵੇਂ ਅਸੀਂ ਗਾਈਡ ਕਰਦੇ ਹਾਂ ਸਟੂਡੈਂਟ ਜੋ ਉਸ ਤਰੀਕੇ ਨਾਲ ਚੱਲਦਾ ਹੈ ਹੀ ਔਰ ਸ਼ੀ ਇਜ਼ ਗੈਟਿੰਗ ਵੀਜ਼ਾ ਆਰਾਮ ਨਾਲ ਵੀਜ਼ਾ ਕਰੈਕ ਕਰਦਾ ਬੱਚਾ ਬੈਸੀ ਜਾ ਕੇ ਮੈਂ ਜਿੱਦਾਂ ਸ਼ੁਰੂ ਦੇ ਵਿੱਚ ਵੀ ਕਿਹਾ ਕਿ ਯੂਐਸਏ ਦਾ ਵੀਜ਼ਾ ਲੈਣਾ ਸਭ ਤੋਂ ਔਖਾ ਹੁੰਦਾ ਅਤੇ ਲੋਕ ਤਾਂ ਐਵੇਂ ਪ੍ਰੈਫਰ ਕਰਦੇ ਨੇ ਕਿ ਜੇ ਨਹੀਂ ਆਇਆ ਚਲੋ ਇੱਕ ਵਾਰੀ ਟਰਾਈ ਕਰ ਲੈਂਦੇ ਹਾਂ ਕਿ ਸ਼ਾਇਦ ਆ ਜਾਵੇ ਲੱਕ ਹੈ ਅਤੇ ਜੇ ਅਸੀਂ ਲੱਕੀ ਰਹੇ ਤਾਂ ਸਾਨੂੰ ਮਿਲ ਜੂਗਾ ਕੀ ਇਹ ਐਕਚੁਅਲ ਦੇ ਵਿੱਚ ਇੱਦਾਂ ਦੇਖੋ ਲੌਜੀਕਲੀ ਇਹ ਪੋਸੀਬਲ ਨਹੀਂ ਹੋ ਸਕਦਾ ਕਿਉਂਕਿ ਤੁਹਾਡੀ ਫਾਈਲ ਜਾ ਨਹੀਂ ਰਹੀ ਐਮਬੈਸੀ 'ਚ ਠੀਕ ਹੈ ਤੁਹਾਡੀ ਪੂਰੀ ਤੁਸੀਂ ਆਪ ਬੱਚਾ ਆਪ ਜਾਂਦਾ ਐਮਬੈਸੀ ਆਫਿਸਰ ਦੇ ਸਾਹਮਣੇ ਰਿਪ੍ਰਜੈਂਟ ਕਰਦਾ ਆਪਣੇ ਆਪ ਨੂੰ ਉਹ ਕੁਐਸਚਨ ਪੁੱਛਦੇ ਹੈਗੇ ਹੈ ਐਂਡ ਤਾਂ ਉਹ ਜੇ ਐਮਬੈਸੀ ਆਫਿਸਰ ਕਨਵਿੰਸ ਹੋ ਜਾਂਦਾ ਵੀ ਇਹ ਜੈਨੂਇਨ ਬੱਚਾ ਹੈਗਾ ਨੇ ਪੜ੍ਹਨਾ ਅਫਕੋਰਸ ਵੀਜ਼ਾ ਆਫਿਸਰ ਵਿਲ ਅਪਰੂਵ ਦਾ ਵੀਜ਼ਾ ਉਹ ਅਪਰੂਵ ਕਰੇਗਾ ਹੀ ਵੀਜ਼ਾ ਬਟ ਇਹ ਚੀਜ਼ ਇਹ ਲੋਕਾਂ ਦਾ ਇਹ ਮਾਈਂਡਸੈਟ ਬਣ ਚੁੱਕਿਆ ਕਿ ਪਤਾ ਨਹੀਂ ਟਰਾਈ ਕਰਦੇ ਹਾਂ ਜਾ ਕੇ ਦੇਖਦੇ ਹਾਂ ਜੇ ਲੱਗ ਜਾਂਦਾ ਵੀਜ਼ਾ ਬਟ ਜੇ ਤੁਹਾਨੂੰ ਪਤਾ ਹੀ ਨਹੀਂ ਆਫਿਸਰ ਨੇ ਪੁੱਛਣਾ ਕੀ ਹੈ ਤੁਹਾਨੂੰ ਕੁਐਸਚਨਸ ਦੀ ਨੌਲੇਜ ਨਹੀਂ ਹੈਗੀ ਤੁਸੀਂ ਕਿਵੇਂ ਅਪਰੂਵ ਕਰ ਸਕਦੇ ਹੋ ਤਾਂ ਹੀ ਅਸੀਂ ਮੇਜਰਲੀ ਫੋਕਸ ਕਰਦੇ ਹਾਂ ਇੰਟਰਵਿਊ ਪ੍ਰਿਪਰੇਸ਼ਨ 'ਤੇ ਮੌਕ ਸੈਸ਼ਨਸ ਕਰਾਉਂਦੇ ਹਾਂ ਤਾਂ ਕਿ ਉਹਨਾਂ ਨੂੰ ਫੀਲ ਹੋਏ ਕਿ ਐਕਚੁਅਲੀ ਉਹਨਾਂ ਨੂੰ ਆਪਣੇ ਆਪ ਨੂੰ ਪ੍ਰਜੈਂਟ ਕਿਵੇਂ ਕਰਨਾ ਐਮਬੈਸੀ ਆਫਿਸਰ ਦੇ ਸਾਹਮਣੇ ਉਹ ਕੌਨਫੀਡੈਂਟ ਹੋ ਜਾਣ ਯੂਐਸ ਵੀਜ਼ਾ ਇਜ਼ ਆਲ ਅਬਾਊਟ ਕੌਨਫੀਡੈਂਸ ਸੋ ਦੇ ਕੈਨ ਕਰੈਕ ਇਟ ਜੇ ਸਾਡੇ ਅਕੋਰਡਿੰਗ ਚੱਲਣਗੇ ਅਸੀਂ ਜਿਵੇਂ ਪ੍ਰਿਪੇਅਰ ਕਰਾਉਂਦੇ ਉਹਨਾਂ ਨੂੰ ਐਂਡ ਓਬਵੀਅਸਲੀ ਅਸੀਂ ਪਬਲਿਕ ਯੂਨੀਵਰਸਿਟੀਜ਼ ਦਿੰਦੇ ਹਾਂ ਉਹਦਾ ਵੀ ਵੀਜ਼ਾ ਸਕਸੈਸ ਰੇਟ ਨਾਲ ਉਹਦਾ ਵੀ ਇੱਕ ਯੂ ਨੋ ਲਿੰਕ ਹੈਗਾ ਥਿੰਕ ਹੈਗੀ ਤੁਸੀਂ ਕਿਹਾ ਕਿ ਬਲੈਕਬਰਡ ਇੱਕ ਨਾਮ ਬਣ ਚੁੱਕਿਆ ਤਾਂ ਜਾਲੀ ਬਲੈਕਬਰਡ ਦੇ ਨਾਮ ਤੋਂ ਬਹੁਤ ਸਾਰੇ ਜਿਹੜੇ ਨੇ ਅੱਜ ਕੱਲ੍ਹ ਇਮੀਗ੍ਰੇਸ਼ਨ ਦੇ ਵਿੱਚ ਆਪਾਂ ਨੂੰ ਵੇਖਣ ਨੂੰ ਮਿਲਦੇ ਨੇ ਕਿ ਨਾਮ ਜਿਹੜਾ ਬਲੈਕਬਰਡ ਦਾ ਯੂਜ਼ ਕਰਦੇ ਨੇ ਪਰ ਉਹ ਹੁੰਦੇ ਇੱਕ ਤਰੀਕੇ ਦੇ ਨਾਲ ਫੇਕ ਨੇ ਦੇਖੋ ਹੁਣ ਇਸ ਬਾਰੇ ਆਈ ਡੋਂਟ ਨੋ ਮੈਂ ਕਿਵੇਂ ਕਹਿਣਾ ਚਾਹੀਦਾ ਕਿ ਹੁਣ ਸਾਡੀ ਕੰਪਨੀ ਦੇ ਨਾਂ 'ਤੇ ਵੀ ਫੇਕ ਚੱਲਣ ਲੱਗ ਗਏ ਕਿ ਇਹਦੇ ਤੋਂ ਇਹ ਪਤਾ ਚੱਲਦਾ ਅਸੀਂ ਕਿੰਨੇ ਸਕਸੈਸਫੁਲ ਹੋ ਚੁੱਕੇ ਹਾਂ ਰਾਈਟ ਬਟ ਦੂਜੀ ਚੀਜ਼ ਆ ਹੈਗੀ ਹੈ ਕਿ ਦੇਖੋ ਜੇ ਹੁਣ ਬੱਚਾ ਸਾਡੇ ਕੋਲ ਆਉਂਦਾ ਹੈਗਾ ਜੇ ਇੱਕ ਵੀਜ਼ਾ ਲੱਗਿਆ ਜਾਂ ਓਬਵੀਅਸਲੀ ਇਹ ਫੈਮਲੀ 'ਚ ਇਹ ਇੰਡੀਆ 'ਚ ਇਹ ਹੈਗੀ ਹੈ ਚੀਜ਼ ਜੇ ਇੱਕ ਜਾਂ ਦੋ ਬੱਚੇ ਦਾ ਫੈਮਲੀ 'ਚ ਲੱਗ ਗਿਆ ਉਹ ਸਾਰੀ ਫੈਮਲੀ ਨੇ ਫਿਰ ਇੱਕੋ ਉਸੇ ਜਗ੍ਹਾ ਜਾਣਾ ਤਾਂ ਸਾਡੇ ਕੋਲ ਆਉਂਦੇ ਹੀ ਬੱਚੇ ਰੈਫਰੈਂਸਿਸ ਨਾਲ ਹੈਗੇ ਆ ਮੇਜਰ ਸਾਡੇ ਕੋਲ ਜਿਹੜਾ ਹੈਗਾ ਸਟੂਡੈਂਟਸ ਦਾ ਉਹ ਰੈਫਰੈਂਸ ਹੈਗਾ ਪਲੱਸ ਵੀ ਆਰ ਗੈਟਿੰਗ ਦਾ ਵੀਜ਼ਾ ਸਕਸੈਸ ਰੇਟ ਵੀ ਸਾਡਾ ਵਧੀਆ ਜੇ ਅਸੀਂ ਕੰਮ ਕਰਦੇ ਹਾਂ ਸਟੂਡੈਂਟ ਅਤੇ ਉਹਨਾਂ ਦੀ ਐਡਮਿਸ਼ਨਸ ਫਾਈਲਿੰਗ ਸਾਰਾ ਕੁਛ ਪਬਲਿਕ ਯੂਨੀਵਰਸਿਟੀ ਪ੍ਰੋਵਾਈਡ ਕਰਦੇ ਹਾਂ ਪਲੱਸ ਇੰਟਰਵਿਊ ਪ੍ਰਿਪਰੇਸ਼ਨ 'ਤੇ ਬਹੁਤ ਫੋਕਸ ਹੁੰਦੀ ਰਹਿੰਦੀ ਹੈ ਕਿ ਹਾਂਜੀ ਕਿ ਬੱਚੇ ਨੂੰ ਪ੍ਰਿਪੇਅਰ ਬਹੁਤ ਵਧੀਆ ਤਰੀਕੇ ਨਾਲ ਕਰਨਾ ਅਤੇ ਦੂਜੀ ਚੀਜ਼ ਇਹ ਕਿ ਜਿਸ ਕਸਟਮਰ ਇੱਥੇ ਆ ਰਿਹਾ ਅੱਜ ਕੱਲ੍ਹ ਕਸਟਮਰ ਬਹੁਤ ਅਵੇਅਰ ਹੈਗਾ
ਉਹ ਵੀ ਨੈਟ 'ਤੇ ਕੁਛ ਨਾ ਕੁਛ ਸਰਚ ਕਰਕੇ ਆਉਂਦੇ ਹੁਣ ਸਾਡੇ ਇੰਸਟਾ 'ਤੇ ਵੀਜ਼ਾ ਅਪਲੋਡ ਹੁੰਦੇ ਆ ਜਿਵੇਂ ਵੀਜ਼ਾ ਅਪਰੂਵ ਹੋਇਆ ਬੱਚੇ ਨੂੰ ਹੈਂਡ ਓਵਰ ਹੋ ਗਿਆ ਅਤੇ ਅਸੀਂ ਅਪਲੋਡ ਕਰਦੇ ਹਾਂ ਤਾਂ ਕਿ ਉਹ ਪਰੂਫ ਦੇਖਣ ਕਿ ਹਾਂਜੀ ਸਾਡੇ ਵੀਜ਼ਾ ਲੱਗ ਰਹੇ ਹੈਗੇ ਆ US 'ਤੇ ਕਿਉਂਕਿ ਮਾਇੰਡ ਸੈਟ ਇਹ ਵੀ ਹੈਗਾ ਕਿ ਹਾਂਜੀ ਕਿ US ਦੇ ਵੀਜ਼ਾ ਨਹੀਂ ਲੱਗਦੇ ਐਂਡ ਦੂਜੀ ਚੀਜ਼ ਯੂ ਆਰ ਸੇਇੰਗ ਕਿ ਫੇਕ ਸੋ ਦੈਟ ਇਜ਼ ਆਈ ਥਿੰਕ ਕਸਟਮਰ ਨੂੰ ਇੰਨਾ ਅਵੇਅਰ ਹੋਣਾ ਚਾਹੀਦਾ ਕਿ ਉਹ ਜਿੱਥੇ ਜਾ ਰਿਹਾ ਕਿ ਇਜ਼ ਹੀ ਗੋਇੰਗ ਟੂ ਦ ਰਾਈਟ ਪਲੇਸ ਕਿਉਂਕਿ ਜੇ ਉਹਨਾਂ ਕੋਲ ਕਿਸੇ ਕਸਟਮਰ ਉਹਦੇ ਨਾਲ ਗੱਲ ਕਰਦੇ ਹਾਂ ਇੱਕ ਗੱਲ ਤਾਂ ਅਸੀਂ ਏਜੰਟ ਨਹੀਂ ਹੈਗੇ ਵੀ ਆਰ ਕੰਸਲਟੈਂਟ ਐਂਡ ਜਿਹੜੇ ਏਜੰਟ ਹੁਣ ਇਹ ਬਣਾਉਣਾ ਸ਼ੁਰੂ ਕਰਦੇ ਕਿ ਬਲੈਕਬੋਰਡ ਦੇ ਨਾਲ ਕੁਛ ਵੀ ਨਾ ਰੱਖ ਰਹੇ ਹੈ ਕਿ ਉਹਨਾਂ ਨੂੰ ਵੀ ਇਹ ਕਸਟਮਰ ਨੂੰ ਅਵੇਅਰਨੈਸ ਹੋਣੀ ਚਾਹੀਦੀ ਕਿ ਉਹ ਚੈੱਕ ਕਰੇ ਕਿ ਆਰ ਯੂ ਆਥੋਰਾਈਜ਼ਡ ਤੁਹਾਡੇ ਕੋਲ ਸਰਟੀਫਿਕੇਟ ਹੈਗਾ ਤੁਸੀਂ ਅਪਰੂਵਡ ਹੈਗੇ ਹੋ ਸੋ ਦੈਟਸ ਹਾਓ ਆਈ ਥਿੰਕ ਉਹਨਾਂ ਨੂੰ ਇਹ ਨੌਲੇਜ ਆਪ ਥੋੜ੍ਹੀ ਕਸਟਮਰ ਨੂੰ ਵੀ ਥੋੜ੍ਹੀ ਅਵੇਅਰਨੈਸ ਹੋਣੀ ਚਾਹੀਦੀ ਹੈ ਤੁਸੀਂ ਛੋਟਾ ਮੋਟਾ ਪ੍ਰੋਡਕਟ ਲੈਣ ਜਾਂਦੇ ਹੋ ਮਾਰਕੀਟ ਤੁਸੀਂ ਕਿੰਨੀ ਰਿਸਰਚ ਕਰਦੇ ਹੋ ਸੋ ਆਈ ਥਿੰਕ ਸਹੀ ਗੱਲ ਹੈ ਪਰ ਫਿਰ ਵੀ ਜੇ ਆਪਾਂ ਬਲੈਕਬਰਡ ਦੇ ਇੰਨੇ ਹੁਣ ਤੱਕ ਦੇ ਕਰੀਅਰ ਦੀ ਗੱਲ ਕਰਦੇ ਹਾਂ 2023 ਦੇ ਵਿੱਚ ਆਪਾਂ ਪਹੁੰਚ ਗਏ ਹਾਂ ਤਾਂ ਤੁਹਾਨੂੰ ਲੱਗਦਾ ਕਿ ਬਲੈਕਬਰਡ ਦਾ ਸਕਸੈਸ ਰੇਟ ਪਹਿਲਾਂ ਨਾਲੋਂ ਕਈ ਗੁਣਾ ਜ਼ਿਆਦਾ ਵੱਧ ਗਿਆ ਅਤੇ ਇਸਦਾ ਰੀਜ਼ਨ ਕੀ ਹੈ ਕਿ USA ਜਿਹੜੇ ਨੇ ਲੋਕ ਓਪਟ ਕਰਨਾ ਹੁਣ ਤੋਂ ਸ਼ੁਰੂ ਕਰ ਗਏ ਨੇ ਜ਼ਿਆਦਾ ਕਿਉਂਕਿ ਲੋਕਾਂ ਨੂੰ ਨੌਲੇਜ ਹੋ ਚੁੱਕੀ ਹੈ ਪਹਿਲਾਂ ਉਹਨਾਂ ਨੂੰ ਲੱਗਦਾ ਸੀ ਕਿ ਕੈਨੇਡਾ ਆਸਟ੍ਰੇਲੀਆ UK ਆਹ ਕੰਟਰੀਆਂ ਹੈਗੀਆਂ US ਥੋੜ੍ਹਾ ਜਿਹਾ ਉਹਨਾਂ ਨੂੰ ਲੱਗਦਾ ਸੀ ਕਿ ਅੰਬੈਸੀ ਦੇ ਸਾਹਮਣੇ ਜਾ ਕੇ ਤੁਸੀਂ ਪਤਾ ਨਹੀਂ ਆਪਣੇ ਆਪ ਨੂੰ ਕਿਵੇਂ ਪ੍ਰੈਜੈਂਟ ਕਰੋਗੇ ਤੁਸੀਂ ਕਰੈਕ ਕਰ ਪਾਓਗੇ ਕਿ ਨਹੀਂ ਵੀਜ਼ਾ ਐਕਚੁਅਲੀ ਇਹ ਹੁੰਦੀ ਹੈ ਪ੍ਰੋਡਕਟ ਨੌਲੇਜ ਜਿਹੜੀ ਹੁਣ ਅੱਜ ਕੱਲ੍ਹ ਮਾਰਕੀਟ ਜੇ ਲੋਕ ਕਰ ਹੀ ਨਹੀਂ ਰਹੇ ਹੈਗੇ ਏਜੰਟਸ ਜਿਹੜੇ ਬੈਠੇ ਹੈ ਕੰਸਲਟੈਂਟ ਵਟ ਐਵਰ ਜੋ ਵੀ ਹੈਗੇ ਉਹਨਾਂ ਨੂੰ ਮੇਜਰ ਨੌਲੇਜ ਕੈਨੇਡਾ UK ਆਸਟ੍ਰੇਲੀਆ ਹੈਗੀ ਹੈ ਰਾਈਟ US ਹੈ ਹੀ ਨਹੀਂ ਨੌਲੇਜ ਜਿਹਨਾਂ ਨੂੰ ਨੌਲੇਜ ਹੈ ਨਹੀਂ ਤਾਂ ਅਫਕੋਰਸ ਦੇ ਕੈਨੋਟ ਸੈਲ ਦੈਟ ਪ੍ਰੋਡਕਟ ਹੁਣ ਸਾਨੂੰ ਐਕਸਪਰਟੀਜ਼ ਹੈ ਉਸ ਪ੍ਰੋਡਕਟ ਰਾਈਟ ਐਂਡ ਅਫਕੋਰਸ ਅਸੀਂ ਪਬਲਿਕ ਯੂਨੀਵਰਸਿਟੀਜ਼ ਸੈਂਡ ਕਰਦੇ ਹਾਂ ਬੱਚਿਆਂ ਨੂੰ ਉਹਨਾਂ ਨੂੰ ਵਧੀਆ ਤਰੀਕੇ ਨਾਲ ਗਾਈਡੈਂਸ ਦਿੰਦੇ ਹਾਂ ਐਡਮਿਸ਼ਨ ਕਿ ਤੁਹਾਡੀ ਐਲੀਜੀਬਿਲਿਟੀ ਕ੍ਰਾਈਟੀਰੀਆ ਦੇ ਅਕੋਰਡਿੰਗ ਤੁਹਾਡੇ ਲਈ ਕਿਹੜਾ ਵਧੀਆ ਯੂਨੀਵਰਸਿਟੀ ਚੀਜ਼ਾਂ ਕਿਸ ਚੀਜ਼ 'ਤੇ ਫੋਕਸ ਕਰਨਾ ਹੁੰਦਾ ਮੰਨ ਲਓ ਕਿ ਇੱਕ ਬੱਚੇ ਨੂੰ ਰਫ ਆਈਡੀਆ ਦੇਣਾ ਜੋ ਹੁਣ ਦੇਖ ਰਹੇ ਨੇ ਕਿ USA ਦੇ ਵਿੱਚ ਇਹ ਚੀਜ਼ਾਂ ਬਹੁਤ ਜ਼ਰੂਰੀ ਨੇ ਲਾਜ਼ਮੀ ਨੇ ਜੇਕਰ ਤੁਸੀਂ ਕਰਨਾ ਚਾਹੁੰਦੇ ਹੋ ਤਾਂ ਮੈਂ ਚਾਹੂੰਗੀ ਕਿ ਥੋੜ੍ਹਾ ਜਿਹਾ ਇੱਧਰ ਨਾ ਆ ਜਾਓ ਵੀ ਕਿਸ ਤਰੀਕੇ ਦੇ ਨਾਲ ਜਿਹੜਾ ਨੇ ਮੇਨ ਮੇਨ ਪੁਆਇੰਟਸ ਜਿਹੜੇ ਨੇ ਉਹਨਾਂ ਨੂੰ ਦਿਮਾਗ ਦੇ ਵਿੱਚ ਰੱਖਣੇ ਨੇ ਪਹਿਲੀ ਚੀਜ਼ ਤਾਂ ਇਹ ਹੈ ਜੇ ਤੁਸੀਂ US ਵੀਜ਼ਾ ਲਾਉਣ ਜਾ ਰਹੇ ਹੋ ਪਹਿਲੀ ਚੀਜ਼ ਤਾਂ ਬੱਚੇ ਦੀ ਥੋੜ੍ਹੀ ਬਹੁਤ ਇੰਗਲਿਸ਼ ਵਧੀਆ ਹੋਏ ਕਿ ਉਹ ਥੋੜ੍ਹੀ ਗੱਲ ਕਰ ਸਕੇ ਰਾਈਟ ਕਿ ਅੰਬੈਸੀ ਆਫਿਸਰ ਦੇ ਸਾਹਮਣੇ ਐਟਲੀਸਟ ਆਪਣੇ ਉਹਨੂੰ ਪ੍ਰੈਜੈਂਟ ਕਰ ਸਕੇ ਅੱਜ ਕੱਲ੍ਹ ਮੋਸਟਲੀ ਲੋਕ IELTS ਕਲਾਸਿਸ ਲਾਉਂਦੇ ਹੈ ਰਾਈਟ ਠੀਕ ਹੈ ਉਹਨਾਂ ਦੀ ਇੰਗਲਿਸ਼ ਠੀਕ ਇੰਪਰੂਵ ਹੋ ਜਾਂਦੀ ਹੈ ਬਟ ਸਿਰਫ ਉੱਥੇ ਤੁਸੀਂ US ਜਦੋਂ ਤੁਸੀਂ ਅੰਬੈਸੀ 'ਚ ਜਾਣਾ ਉਹਨਾਂ ਨੇ ਥੋੜ੍ਹਾ ਕੌਨਫੀਡੈਂਸ ਦੇਖਣਾ ਜੇ ਅੰਬੈਸੀ ਆਫਿਸਰ ਨੇ ਤੁਹਾਨੂੰ ਕੁਐਸਚਨ ਪੁੱਛਿਆ ਐਂਡ ਤੁਸੀਂ ਨਰਵਸ ਹੋ ਰਹੇ ਹੋ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੁੰਦੀ ਠੀਕ ਹੈ ਇਟਸ ਓਕੇ ਦੇਰ ਫਸਟ ਟਾਈਮ ਉਹ ਨਰਵਸ ਹੋ ਸਕਦੇ ਹੈ ਬਟ ਮੇਜਰ ਥਿੰਗ ਇਜ਼ ਕੌਨਫੀਡੈਂਸ ਦੈਟ ਇਜ਼ ਅ ਰੀਜ਼ਨ ਅਸੀਂ ਮੇਜਰਲੀ ਉਹਨਾਂ ਦੇ ਇੰਟਰਵਿਊ ਪ੍ਰਪਰੇਸ਼ਨ 'ਤੇ ਬਹੁਤ ਫੋਕਸ ਕਰਦੇ ਹਾਂ ਕਿ ਬਹੁਤ ਵਧੀਆ ਤਰੀਕੇ ਨਾਲ ਪ੍ਰਪੇਅਰ ਹੋਣ ਐਂਡ ਆਪਣੇ ਆਪ ਨੂੰ ਪ੍ਰਜੈਂਟ ਕਰ ਸਕਣ ਵਧੀਆ ਤਰੀਕੇ ਨਾਲ ਅੰਬੈਸੀ ਆਫਿਸਰ ਦੇ ਸਾਹਮਣੇ ਚੰਡੀਗੜ੍ਹ ਦੇ ਵਿੱਚ ਜਦੋਂ ਆਉਂਦੇ ਆ ਨਾ ਬੱਚੇ ਮੰਨ ਲਓ ਕਿ ਬਹੁਤ ਵੱਖ ਵੱਖ ਸ਼ਹਿਰਾਂ ਤੋਂ ਆਉਂਦੇ ਆ ਤਾਂ ਇੱਥੇ ਦੀ ਚਮਕ ਦਮਕ ਵੇਖ ਕੇ ਇੱਕ ਵਾਰ ਬੱਚੇ ਦਾ ਥੋੜ੍ਹਾ ਜਿਹਾ ਦਿਮਾਗ ਖਰਾਬ ਹੁੰਦਾ ਅਤੇ ਬੱਚੇ ਕਈ ਵਾਰ ਕਲਾਸਿਸ ਬੰਕ ਵੀ ਕਰ ਲੈਂਦੇ ਫਿਰ ਉੱਦਾਂ ਕਿਵੇਂ ਮੈਨੇਜ ਕਰਦੇ ਹੋ ਦੈਟਸ ਰਾਈਟ ਕਿਉਂਕਿ ਅਫਕੋਰਸ ਉਹਨਾਂ ਲਈ ਦੇ ਆਰ ਕਮਿੰਗ ਫਰੋਮ ਹਰਿਆਣਾ ਐਂਡ ਛੋਟੀ ਸਿਟੀਜ਼ ਇਹ ਕਹਿ ਲਓ ਤੁਸੀਂ ਪੰਜਾਬ ਵਗੈਰਾ ਤੋਂ ਆਉਂਦੇ ਹੈਗੇ ਆ ਅਤੇ ਅਫਕੋਰਸ ਉਹਨਾਂ ਨੂੰ ਇਹ ਚੀਜ਼ ਵਧੀਆ ਲੱਗਦੀ ਹੈ ਬਟ ਇਨੀਸ਼ਲੀ ਉਹਨਾਂ ਦੇ ਪੇਰੈਂਟਸ ਨੂੰ ਇਹ ਸਭ ਯੂ ਨੋ ਰਿਪੋਰਟਿੰਗ ਰਹਿੰਦੀ ਹੈ ਕਿ ਸਟੂਡੈਂਟ ਜੇ ਆ ਰਿਹਾ ਜੇ ਤਾਂ ਸਾਡੇ ਅਕੋਰਡਿੰਗ ਚੱਲਦਾ ਬੱਚਾ ਕਿ ਠੀਕ ਹੈ ਇੱਥੇ ਆ ਕੇ ਰੈਗੂਲਰ ਕਲਾਸਿਸ ਲਾ ਰਹੇ ਕਾਊਂਸਲਰ ਇਨਫੋਰਮ ਕਰਦੀ ਹੈ ਸਟੂਡੈਂਟਸ ਨੂੰ ਕਿ ਸਟੂਡੈਂਟ ਇਜ਼ ਕਮਿੰਗ ਰੈਗੂਲਰਲੀ ਫਾਰ ਦ ਸੈਸ਼ਨਸ ਇਨ ਕੇਸ ਜੇ ਬੱਚਾ ਨਹੀਂ ਆ ਰਿਹਾ ਰਾਈਟ ਸੋ ਦੈਟ ਆਲਸੋ ਰਿਪੋਰਟ ਗੋਜ਼ ਟੂ ਦੈਮ ਕਿ ਤੁਹਾਡਾ ਬੱਚਾ ਆ ਨਹੀਂ ਰਿਹਾ ਹੈਗਾ ਇੱਥੇ ਠੀਕ ਹੈ ਕਲਾਸਿਸ ਨਹੀਂ ਅਟੈਂਡ ਕਰ ਰਿਹਾ ਜੇ ਬੱਚਾ ਹੁਣ ਕਲਾਸਿਸ ਅਟੈਂਡ ਨਹੀਂ ਕਰ ਰਿਹਾ ਫਿਰ ਅਸੀਂ ਉਸ 'ਚ ਕੁਛ ਨਹੀਂ ਕਰ ਸਕਦੇ ਅਸੀਂ ਸਿਰਫ ਕਿਉਂਕਿ ਇੱਥੇ ਸਾਡਾ ਕੰਮ ਕਾਊਂਸਲਰਸ ਦਾ ਹੈਗਾ ਹੈ ਜਾਂ ਟੀਮ ਦਾ ਹੈਗਾ ਰਿਪੋਰਟ ਕਰਨਾ ਪੇਰੈਂਟਸ ਨੂੰ ਕਿ ਤੁਸੀਂ ਪੈਸੇ ਸਪੈਂਡ ਕੀਤੇ ਆ ਬੱਚੇ ਨੂੰ ਇੱਥੇ ਵੀ ਤੁਸੀਂ ਪੈਸੇ ਖਰਚ ਕਰਕੇ ਬੱਚਾ ਰਹਿ ਰਿਹਾ ਅਫਕੋਰਸ ਅਤੇ ਇੱਥੇ ਆ ਰਿਹਾ ਉਹਦਾ ਵੀ ਟਾਈਮ ਬੈਟਰ ਹੈ ਵਧੀਆ ਤਰੀਕੇ ਨਾਲ ਯੂਟੀਲਾਈਜ਼ ਹੋਏ ਐਂਡ ਅਸੀਂ ਵੀ ਉਸ ਤਰੀਕੇ ਨਾਲ ਉਹ ਚੀਜ਼ ਕਰੀਏ ਕਿ ਬੱਚਾ ਵਧੀਆ ਤਰੀਕੇ ਨਾਲ ਪ੍ਰਿਪੇਅਰ ਹੋ ਜਾਏ ਜਾਣ ਤੋਂ ਪਹਿਲਾਂ ਸੋ ਆਈ ਥਿੰਕ ਇਹ ਤਾਂ ਫਿਰ ਹੁਣ ਪੇਰੈਂਟਸ ਨੂੰ ਆਪ ਦੇਖਣਾ ਚਾਹੀਦਾ ਕਿ ਬੱਚਾ ਤੁਹਾਡਾ ਕੀ ਕਰ ਰਿਹਾ ਹੈ ਜੇ ਆਪਾਂ ਰਫਲੀ ਆਈਡੀਆ ਲਗਾਈਏ ਤਾਂ ਬਲੈਕਬਰਡ ਇੱਕ ਸਾਲ ਦੇ ਅੰਦਰ ਅੰਦਰ ਤਕਰੀਬਨ ਕਿੰਨੇ USA ਦੇ ਵੀਜ਼ਾਸ ਜਿਹੜੇ ਨੇ ਲਗਵਾ ਕੇ ਦਿੰਦੇ ਆ ਸਕਸੈਸ ਰੇਟ ਬਹੁਤ ਵਧੀਆ ਰਿਹਾ ਆਈ ਸ਼ੁੱਡ ਸੇ ਸਮਵੇਅਰ ਅਬਾਊਟ ਸਾਡੇ ਤੁਸੀਂ ਕਹਿ ਸਕਦੇ ਹੋ 1000 ਤੱਕ ਵੀਜ਼ਾ 1 ਈਅਰ ਦੇ ਆਰਾਮ ਨਾਲ ਹੁੰਦੇ ਆ ਸਮਵੇਅਰ 1000-1200 ਦੇ ਵਿੱਚ ਬਹੁਤ ਵੱਡਾ ਅੰਕੜਾ ਹੈ ਤਾਂ ਤਮਾਮ ਉਹਨਾਂ ਸਟੂਡੈਂਟਸ ਦੇ ਨਾਲ ਤੁਹਾਡੀ ਮੁਲਾਕਾਤ ਵੀ ਕਰਾਵਾਂਗੇ ਜਿਨ੍ਹਾਂ ਦੇ ਵੀਜ਼ੇ ਆ ਚੁੱਕੇ ਨੇ ਚਿਹਰਿਆਂ 'ਤੇ ਖੁਸ਼ੀ ਹੈ ਪਰਿਵਾਰ ਸਮੇਤ ਇੱਥੇ ਪਹੁੰਚੇ ਨੇ ਸਤਿ ਸ਼੍ਰੀ ਅਕਾਲ ਬਾਪੂ ਜੀ ਕਿੱਥੋਂ ਆਏ ਹੋ ਤੁਸੀਂ ਮੈਂ ਤੁਸੀਂ ਸਿਮਰਤ ਹੋਇਆ ਜੀ ਅੱਛਾ ਅਤੇ ਖੁਸ਼ੀ ਹੋ ਰਹੀ ਆ ਅੱਜ ਬੇਟੇ ਦਾ ਵੀਜ਼ਾ ਲੈਣ ਵਾਸਤੇ ਬਹੁਤ ਖੁਸ਼ੀ ਹੋ ਰਹੀ ਜੀ ਕੀ ਨਾਮ ਹੈ ਬੱਚਾ ਕਿਰਤਪਾਲ ਸਿੰਘ ਕਿੰਨੇ ਸਾਲ ਦੇ ਹੋ 19 ਸਾਲ ਦੇ USA ਚੱਲੇ ਹੋ ਹਾਂਜੀ ਕਿਹੜੀ ਜਗ੍ਹਾ ਚੱਲੇ ਹੋ ਨਿਊਯਾਰਕ 'ਚ ਕਿਵੇਂ ਦਾ
ਬਹੁਤ ਵਧੀਆ ਸੀ, ਉੱਥੇ ਵੀ ਇਹਨਾਂ ਦੀ ਪ੍ਰਿਪਰੇਸ਼ਨ ਕਰਾਈ ਹੋਈ ਸੀ ਸਾਰੇ ਕੁਛ, ਕਿ ਦੱਸਿਆ ਹੋਇਆ ਸੀ ਕਿਵੇਂ ਕਿਵੇਂ ਹੋਣਾ ਹੈ ਸਭ ਕੁਛ, ਤਾਂ ਪਹਿਲਾਂ ਹੀ ਪਤਾ ਸੀ ਯਾਨੀ ਕਿ ਓਵਰਆਲ ਵਧੀਆ ਰਿਹਾ। ਅੱਜ ਖੁਸ਼ੀ ਹੋ ਰਹੀ ਹੈ ਕਿ ਪਰਿਵਾਰ ਦੇ ਵਿੱਚੋਂ ਇੱਕ ਬੱਚਾ USA ਚੱਲਿਆ? ਹਾਂਜੀ, ਬਹੁਤ ਖੁਸ਼ੀ ਹੋਈ, ਬਹੁਤ ਬਹੁਤ ਖੁਸ਼ੀ ਹੋਈ। ਅਤੇ ਕਿੱਦਾਂ ਲੱਗ ਰਿਹਾ ਕਿ ਅੱਜ ਜਾ ਕੇ ਉੱਥੇ ਨਾਮ ਰੋਸ਼ਨ ਕਰੇਗਾ ਤੁਹਾਡਾ? ਬਹੁਤ ਅੱਛੀ, ਸਹੀ ਬਾਤ ਹੈ ਜੀ। ਹਾਂਜੀ, ਕਿੱਦਾਂ ਕਿੱਦਾਂ ਇੱਥੇ ਇਹਨਾਂ ਨੇ ਸਾਰੀ ਸਰਵਿਸਿਜ਼ ਤੁਹਾਨੂੰ ਵਧੀਆ ਦਿੱਤੀਆਂ? ਬੜੀਆ ਦਿੱਤੀਆਂ ਜੀ, ਬਹੁਤ ਵਧੀਆ ਦਿੱਤੀਆਂ। ਬਾਕੀਆਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਜੇ ਆਪਣੇ ਬੱਚਿਆਂ ਨੂੰ ਬਾਹਰ ਭੇਜਣਾ, ਕਿਉਂਕਿ 19 ਸਾਲ ਦਾ ਤੁਹਾਡਾ ਮੁੰਡਾ ਤੇ ਬਾਹਰ ਚੱਲਿਆ? ਹਾਂਜੀ ਹਾਂਜੀ, ਮੈਂ ਵੀ ਆਇਆ, ਬਹੁਤ ਵਧੀਆ, ਸਾਰੇ ਇੱਦਾਂ ਹੀ ਕਰੇ ਜਿਹੜੇ ਬੱਚਿਆਂ ਨੂੰ ਆਪਣੇ ਭਰੋਸੇ ਕਰੇ। ਬਾਕੀਆਂ ਨੂੰ ਫਟਾਫਟ ਲੱਗਦੇ ਨੇ। ਮਾਤਾ ਜੀ ਵੀ ਨਾਲ ਨੇ, ਉਹ ਖੁਸ਼ ਨੇ। ਕੀ ਕਹਿਣਾ ਚਾਹੂੰਗੀ ਅੱਜ ਬੇਟੀ ਤੁਹਾਡੀ ਬਾਹਰ ਚੱਲੀ ਹੈ? ਬਹੁਤ ਖੁਸ਼ੀ ਦੀ ਬਾਤ ਹੈ ਜੀ, ਮੇਰੀ ਬੇਟੀ ਬਾਹਰ ਚੱਲੀ, ਬਹੁਤ ਖੁਸ਼ ਹੂੰ ਮੈਂ, ਬਹੁਤ ਖੁਸ਼ ਹੂੰ। ਕਰਕੇ ਦਿਖਾਤਾ ਫਿਰ ਕੁੜੀ ਨੇ, ਹੈ ਪਾਸ ਕਰ ਲਿਆ ਇਗਜ਼ਾਮ, ਪੇਪਰ ਪਾਸ ਕਰ ਲਿਆ ਕੁੜੀ? ਕਰ ਲੇਗੀ ਜੀ, ਕਰ ਲੇਗੀ। ਹਾਂਜੀ, ਕੁੜੀ ਵੀ ਇੱਥੇ ਬੈਠੀ ਹੈ। ਤੇ ਕਿਹੜੀ ਕੰਟਰੀ ਚੱਲੇ ਹੋ ਤੁਸੀਂ? USA ਮੈਮ। USA ਚੱਲੇ ਹੋ, ਪ੍ਰਿਪਰੇਸ਼ਨ ਹੋ ਗਈ ਹੈ ਸਾਰੀ? ਹਾਂਜੀ। ਕਿੱਦਾਂ ਰਿਹਾ USA ਦੇ ਵਿੱਚ ਐਕਸਪੀਰੀਅੰਸ? ਬਹੁਤ ਬੜੀਆ ਥਾ ਮੈਮ ਐਕਸਪੀਰੀਅੰਸ, ਤੋਂ ਪਹਿਲੇ ਨਰਵਸ ਥੇ, ਬਟ ਆਫਟਰ ਦੈਟ ਜਬ ਵੀਜ਼ਾ ਮਿਲਾ ਤੋ ਬਹੁਤ ਖੁਸ਼ੀ ਮਿਲੀ। ਹਾਂਜੀ, ਤੇ ਇੱਥੇ ਇੰਨਾ ਪ੍ਰਿਪੇਅਰ ਕਰਕੇ ਤੁਹਾਨੂੰ ਭੇਜਿਆ ਗਿਆ ਕਿ ਮੈਨੂੰ ਲੱਗਦਾ ਨਹੀਂ ਕਿ ਉੱਥੇ ਜਾ ਕੇ ਕੋਈ ਦਿੱਕਤ ਆਈ ਹੋਣੀ ਜਦੋਂ ਇੰਟਰਵਿਊ ਦੇ। ਹਾਂਜੀ, ਬਹੁਤ ਅੱਛੀ ਤਿਆਰੀ ਕਰਵਾਈ ਮੈਮ ਨੇ, ਜੋ ਵੀ ਡਾਊਟਸ ਥੇ ਵੋ ਟਾਈਮਲੀ ਮੈਮ ਨੇ ਬਹੁਤ ਅੱਛੇ ਸੇ ਕਲੀਅਰ ਕਰਾਏ, ਤੋ ਵਹਾਂ ਜਾ ਕੇ ਮੁਝੇ ਕੋਈ ਐਸ ਸੱਚ ਕੋਈ ਪ੍ਰੋਬਲਮ ਨਹੀਂ ਹੋਈ। ਪ੍ਰੋਬਲਮ ਨਹੀਂ, ਕਿਉਂਕਿ ਤੁਹਾਨੂੰ ਪ੍ਰਿਪੇਅਰ ਪਹਿਲਾਂ ਤੋਂ ਹੋਇਆ ਸੀ। ਹਾਂਜੀ ਹਾਂਜੀ, ਤੇ ਅੱਜ ਵੀਜ਼ਾ ਆ ਗਿਆ, ਖੁਸ਼ੀ ਹੋ ਰਹੀ ਹੈ? ਹਾਂਜੀ, ਬਹੁਤ। ਅਤੇ ਹੋਰ ਵੀ ਤਮਾਮ ਫੈਮਿਲੀਜ਼ ਬੈਠੀਆਂ ਨੇ ਜੋ ਆਈਆਂ ਨੇ, ਮੁਬਾਰਕਾਂ ਮੈਡਮ ਤੁਹਾਨੂੰ, ਮੁੰਡਾ ਬਾਹਰ ਚੱਲਿਆ। ਹਾਂਜੀ ਹਾਂਜੀ, ਫਿਰ ਅੱਜ ਦਿਨ ਆ ਹੀ ਗਿਆ। ਹਾਂਜੀ ਹਾਂਜੀ, ਬਹੁਤ ਖੁਸ਼ੀ ਜੀ, ਬਹੁਤ ਜ਼ਿਆਦਾ। ਬਲੈਕਬਰਨ ਨੇ ਕਾਫੀ ਹੈਲਪ ਕੀਤੀ ਮੈਨੂੰ, ਸਰਵਿਸਿਜ਼ ਉਹਨਾਂ ਦੀ ਕਾਫੀ ਅੱਛੀਆਂ ਹੈਗੀਆਂ। ਪਬਲਿਕ ਯੂਨੀਵਰਸਿਟੀ ਬਾਰੇ ਉਹਨਾਂ ਨੇ ਮੈਨੂੰ ਕਾਫੀ ਦੱਸਿਆ ਕਿ ਇੱਥੇ ਫੋਕਸ ਕਰਨਾ ਚਾਹੀਦਾ ਹੈਗਾ, ਐਂਡ ਪਲੱਸ ਜੋ ਮੋਕ ਇੰਟਰਵਿਊ ਸੀ ਉਹ ਕਾਫੀ ਅੱਛੀ ਮੇਰੀਆਂ ਹੋਈਆਂ ਉਹਨਾਂ ਦੇ ਨਾਲ, ਪਹਿਲਾਂ ਤਾਂ ਕਾਫੀ ਕੰਫੀਡੈਂਟ ਹੈਗਾ ਸੀ ਅਤੇ ਉੱਥੇ ਜਾ ਕੇ ਮੈਨੂੰ ਕੋਈ ਪ੍ਰੋਬਲਮ ਨਹੀਂ ਹੋਈ ਐਂਡ ਕਲੀਅਰ ਹੋ ਗਈ। ਤਮਾਮ ਸਟੂਡੈਂਟਸ ਨੇ ਜੋ ਅੱਜ ਆਪਣਾ ਵੀਜ਼ਾ ਕਲੈਕਟ ਕਰਨ ਆਏ ਨੇ, ਹਾਲਾਂਕਿ ਹੋਰ ਵੀ ਬਹੁਤ ਸਾਰੀ ਫੈਮਿਲੀਜ਼ ਨੇ ਜੋ ਇੱਥੇ ਖੁਸ਼ੀ ਜ਼ਾਹਿਰ ਕਰਨ ਦੇ ਲਈ, ਕਿਉਂਕਿ ਓਬਵੀਅਸ ਜੀ ਗੱਲ ਹੈ ਇੱਕ ਪਰਿਵਾਰ ਦੇ ਲਈ ਬਹੁਤ ਹੀ ਮਾਇਨੇ ਰੱਖਦੀ ਹੁੰਦੀ ਹੈ ਇਹ ਗੱਲ, ਜਦੋਂ ਇੰਨੀ ਉਮੀਦਾਂ ਦੇ ਨਾਲ ਬੱਚੇ ਨੂੰ ਪੜ੍ਹਨ ਦੇ ਲਈ ਭੇਜਿਆ ਹੋਵੇ ਅਤੇ ਉਹ ਕਾਮਯਾਬ ਹੋਵੇ। ਅਤੇ ਸ਼੍ਰੇਆ, ਮੈਨੂੰ ਲੱਗਦਾ ਕਿ ਸ਼ਾਇਦ ਬਲੈਕਬਰਡ ਨੂੰ ਹੀ ਜਾਂਦਾ, ਇੰਨੇ ਸਾਲਾਂ ਦੀ ਮਿਹਨਤ ਹੈ ਅਤੇ ਸ਼ਾਇਦ ਤਾਂ ਹੀ ਰੰਗ ਲਾਉਂਦੇ ਨੇ ਅਤੇ ਤੜਾਤੜ ਵੀਜ਼ੇ ਇੱਥੇ ਲੱਗਦੇ ਨੇ। ਤਮਾਮ ਸਾਰੀ ਇੰਟਰਵਿਊਜ਼ ਦੇ ਲਈ ਜੁੜੇ ਰਹੋ ਰੋਜ਼ਾਨਾ ਸਪੋਕਸਮੈਨ ਨਾਲ।